अश्विनी शर्मा जी नूं बीजेपी दा पंजाब दा दुबारा तो प्रधान लगाया गया जी, उहनां दे प्रति कुछ थोड़ा? देखो जी, साडे अश्विनी शर्मा जी पंजाब दे दूजे वेले प्रधान बने ने, उहनां दे आउण दे नाल पंजाब दे विच बीजेपी बहुत ज़्यादा मजबूत हुई आ। उन्होंने साढ़े बीबा जी जयेंद्र कौर जी मेरे प्रधान लाए ने, तो साढ़े बिक्रम चीमा जी जनरल सैकटरी लाए ने, तो बीबा साढ़े भैन ने नौलखा वो सैकटरी लाए ने। उन्होंने देख के बहुत वधिया ही जिहड़ी चोण कीती आ पंजाब दे विच, खास करके साढ़े पटियाले जिले की बहुत ही वधिया कीती आ। बहुत ज़्यादा तरक्की करूँ, बहुत ज़्यादा सिटा कटांगे, इहो जिहा प्रधान बड़ा दलेर आ। ਜਦੋਂ ਮਰਜ਼ੀ ਮਿਲ ਜਾਓ ਵਰਕਰ ਦੀ ਮਿਲਦੇ ਨੇ, ਵਰਕਰ ਹੀ ਹੌਸਲਾ ਅਜਮਾਈ ਕਰਦੇ ਨੇ, ਅਤੇ ਸਰਕਾਰ ਬਣਾਵਾਂਗੇ ਜੀ, ਬਹੁਤ ਵਧੀਆ ਪ੍ਰਧਾਨ ਜੀ ਨੇ ਸਾਡੇ। ਸਰ ਜਿਵੇਂ ਜੀ ਆਪਣੇ ਬੀਜੇਪੀ ਹਮੇਸ਼ਾ ਹਿੰਦੂ ਧਰਮ ਦੀ ਰੱਖਿਆ ਕਰਦੀ ਹੈ ਜੀ, ਪਰ ਪੰਜਾਬ ਵਿੱਚ ਗਊਆਂ ਦੇ ਨਾਂ ਦੇ ਉੱਤੇ ਸਰਕਾਰਾਂ ਫੰਡ ਵੀ ਲੈਂਦੀਆਂ ਨੇ, ਟੈਕਸ ਵੀ ਲੈਂਦੀਆਂ ਨੇ ਜੀ। ਗਊ ਚਰਾਉਣ ਦੇ ਨਾਂ 'ਤੇ ਕਰੋੜਾਂ ਅਰਬਾਂ ਰੁਪਏ ਦੀ ਜ਼ਮੀਨ ਪਈ ਆ ਪਿੰਡਾਂ ਦੇ ਵਿੱਚ, ਦਿਹਾਤੀ ਇਲਾਕੇ 'ਚ। ਸਰਕਾਰਾਂ ਜਾਂ ਬੀਜੇਪੀ ਆਉਣ ਵਾਲੇ ਸਮੇਂ 'ਚ ਇਹਦਾ ਕੋਈ ਵਿਰੋਧ ਕਰ ਸਕਦੀ ਹੈ ਜੀ? ਦੇਖੋ ਜੀ, ਗੱਲ ਇਹ ਆ ਵੀ ਸੈਂਟਰ ਪੈਸਾ ਭੇਜਦਾ ਜੀ, ਮੁੱਖ ਮੰਤਰੀ ਨੂੰ ਪੈਸਾ ਆਉਂਦਾ ਵੀ ਆ। ਉਰੇ ਦੀ ਜਿਹੜੀ ਗਊ ਆਪਾਂ ਮਾਤਾ ਦਾ, ਇੱਕ ਆਪਾਂ ਪੰਜਾਬੀ ਮਾਤਾ ਦਾ ਆਪਣੇ ਹੈ ਵੀ ਮਾਤਾ ਨੇ, ਉਹ ਸਰਕਾਰ ਯੋਗ ਨੇ, ਅਤੇ ਉਹਨਾਂ ਨੂੰ ਸਾਂਭਣ ਦਾ ਜਿਹੜਾ ਉਰੇ ਆ, ਇਹ ਸੀ ਐੱਮ ਸਾਹਿਬ ਨੂੰ ਚਾਹੀਦਾ। ਅਸੀਂ ਤਾਂ ਕਹਿੰਦੇ ਹਾਂ ਚਾਹੇ 10-15 ਪਿੰਡਾਂ ਦੇ ਵਿੱਚ, ਜਿਵੇਂ ਸਾਡੇ ਪਿੰਡਾਂ ਦੀਆਂ ਸੈਮਰਾਟਾਂ ਪਈਆਂ ਨੇ, ਪੰਜਾਬ ਗੌਰਮੈਂਟ ਨੂੰ ਇਹ ਕਰਨਾ ਚਾਹੀਦਾ ਵੀ 15 ਜਾਂ 10 ਪਿੰਡਾਂ ਦੇ ਬਾਅਦ ਇੱਕ ਗਊਸ਼ਾਲਾ ਬਣਾਈ ਜਾਵੇ, ਅਤੇ ਉਹਦੀ ਦੇਖ ਰਹੀ ਬੰਦੇ ਸੱਡੇ ਜਾਣ। ਫੰਡ ਤਾਂ ਕਿੰਨਾ, ਜੇ ਫੰਡ ਦੀ, ਚਲੋ ਫੰਡ ਤਾਂ ਦਿੱਤਾ ਕਰੋੜ ਇਹਨਾਂ ਨੂੰ ਸੈਂਟਰ ਗੌਰਮੈਂਟ ਵੱਲੋਂ ਆਏ ਰਹੇ ਨੇ। ਮੈਂ ਕਹਿੰਦਾ ਜੇ ਆਪਣੇ ਪਿੰਡਾਂ ਵਾਲਿਆਂ ਨੂੰ ਵੀ ਕਹਿਣ, ਉਹੀ ਪੈਸਾ ਬਹੁਤ ਦੇਦਾ ਕਰਨਗੇ। ਇਹਨਾਂ ਦੀ ਰੱਖਿਆ ਕਰਨਾ ਜ਼ਰੂਰੀ ਆ, ਅਤੇ ਜਦੋਂ ਸੜਕਾਂ 'ਤੇ ਆਉਂਦੇ ਨੇ ਰਾਤ ਬਰਾਤੇ, ਹਨੇਰੇ 'ਚ ਨਹੀਂ ਪਤਾ ਲੱਗਦਾ ਕਿੰਨੀਆਂ ਘਟਨਾ ਵਾਪਰਦੀਆਂ ਨੇ, ਐਕਸੀਡੈਂਟ ਆਉਂਦੇ ਨੇ, ਹੋਰ ਆਉਂਦੇ ਨੇ। ਜਿਹੜੀ ਦੂਜੀ ਆ ਗਈ ਗੱਲ, ਤੁਸੀਂ ਕਿਹਾ ਵਿਰੋਧਤਾ, ਵਿਰੋਧਤਾ ਦਾ ਦੇਖੋ ਗੱਲ ਇਹ ਆ ਵੀ ਜਦੋਂ ਕੋਈ ਐਕਸੀਡੈਂਟ ਹੁੰਦਾ, ਬੇਜਾਨਮ ਬੇਜਮਾਨ ਜਾਨਵਰ ਆ, ਇਹਦੀ ਜਾਨ ਜਾਂਦੀ ਆ, ਬੜੇ ਦੁੱਖ ਦੀ ਗੱਲ ਆ। ਮੈਂ ਤਾਂ ਸਾਡੇ ਭਰਾਵਾਂ ਨੂੰ ਇਹ ਗੱਲ ਕਹੂੰਗਾ ਵੀ ਚਲੋ ਜੇ ਦੁੱਧ ਦੇਣੋਂ ਜਾਨਵਰ ਹਟ ਗਿਆ, ਆਪਾਂ ਨੂੰ ਇੱਕ ਘਰ ਦੇ ਵਿੱਚ ਇੱਕ ਜਾਨਵਰ ਬੰਨਣ ਦੇ ਨਾਲ ਘਾਟਾ ਕੋਈ ਨਹੀਂ ਪੈਂਦਾ। ਜੇ 100 ਘਰ ਆ, 100 ਘਰ ਦੇ ਵਿੱਚ ਇੱਕ ਇੱਕ ਘਰ 'ਚ ਇੱਕ ਗਾਂ ਆ, ਜੇ ਅਸੀਂ ਛੱਡ ਦਿੰਦੇ ਹਾਂ ਤਾਂ ਉਹ ਸੜਕ 'ਤੇ 100 ਗਊ ਆ ਕੇ ਇੱਕ ਝੁੰਡ ਦਾ ਅਖਤਿਆਰ ਕਰਕੇ ਕਿੰਨੀ ਜਗ੍ਹਾ ਰੋਕਦੀਆਂ, ਜਿਹਦੇ ਨਾਲ ਘਟਨਾ ਵਾਪਰਦੀਆਂ ਨੇ। ਮੈਂ ਸਾਡੇ ਪਿੰਡ ਵਾਸੀਆਂ ਦੇ ਭਰਾਵਾਂ ਨੂੰ ਵੀ ਇਹੀ ਬੇਨਤੀ ਕਰੂੰਗਾ, ਜੇ ਕੋਈ ਗਊ ਇਹੀ ਜਿਹੀ ਆ, ਬਿਮਾਰ ਆ ਜਾਂ ਕੋਈ ਦੁੱਧ ਦੇਣੋਂ ਹਟ ਜਾਂਦਾ, ਭਰਾਵਾਂ ਉਹਨੂੰ ਨਾ ਛੱਡੋ, ਅਤੇ ਇਹੀ ਬੇਨਤੀ ਹੈ ਜੀ ਸਾਡੀ। ਅਤੇ ਸਰ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਨਸ਼ੇ ਜਿਵੇਂ ਸ਼ਰਾਬ ਦੇ ਠੇਕੇ ਨੇ ਜੀ, ਜੋ ਸਰਕਾਰ ਦੇ ਐਕਟ ਦੇ ਅਧੀਨ ਤੋਂ ਵੀ ਬਾਹਰ ਕਈ ਤਾਂ ਮਨਜ਼ੂਰ ਵੀ ਨਹੀਂ ਹੈਗੇ ਜੀ ਸ਼ਰਾਬ ਦੇ ਠੇਕੇ, ਜਾਂ ਕੋਈ ਉਹਨਾਂ ਦੀ ਦੂਰੀ ਅੱਧਾ ਅੱਧਾ ਕਿਲੋਮੀਟਰ ਦੇ ਖੋਲ੍ਹੇ ਹੋਏ ਨੇ ਜੀ, ਸਰਕਾਰ ਦੇ ਅਫਸਰ ਸ਼ਾਹੀ ਇਹਨਾਂ 'ਤੇ ਕਾਰਵਾਈ ਕਿਉਂ ਨਹੀਂ ਕਰਦੀ ਜੀ? ਦੇਖੋ ਜੀ, ਮੈਂ ਵੀ ਠੇਕੇਦਾਰੀ ਕਰੀ ਆ ਪਿੱਛੇ, ਇਹਨਾਂ ਦਾ ਉਹਦਾ ਏਰੀਆ ਰੱਖਿਆ ਹੁੰਦਾ ਵੀ ਕਿੰਨੇ ਕਿਲੋਮੀਟਰ ਦੇ ਵਿੱਚ ਅਸੀਂ ਠੇਕੇ ਰੱਖ ਸਕਦੇ ਹਾਂ। ਜਿਹੜੇ ਸ਼ਰਾਬ ਦੇ ਠੇਕੇਦਾਰ ਆ, ਥੋ ਥੋ ਰੱਖੀ ਬੈਠੇ ਨੇ ਜੀ, ਨਸ਼ਾ ਤਾਂ ਉਹਦੇ ਨਾਲ ਫੈਲੇ ਨਹੀਂ ਫੈਲਣਾ। ਕਿਤੇ ਤਾਂ ਸਾਨੂੰ 5 ਕਿਲੋਮੀਟਰ ਜਾਣਾ ਪੈਂਦਾ 4 ਕਿਲੋਮੀਟਰ ਠੇਕੇ ਤੋਂ ਬੋਤਲ ਲੈਣ ਵਾਸਤੇ, ਕਿਤੇ ਤੁਹਾਨੂੰ ਘਰਾਂ 'ਚ ਵੀ ਮਿਲਣ ਲੱਗ ਗਈ ਆ, ਨਸ਼ਾ ਤਾਂ ਵਧੂ ਹੀ ਵਧੂ ਜੀ। ਉਹ ਇਹਨਾਂ ਦਾ ਜਿਹੜਾ ਇਹ ਠੇਕੇ ਥੋ ਥੋ ਰੱਖੀ ਬੈਠੇ ਨੇ ਜੀ, ਉਹ ਮਹਿਕਮੇ ਦੀ ਮਿਲੀ ਭੁਗਤ ਨਾਲ ਨੇ ਜੀ। ਉਹ ਇਹਨਾਂ ਨੂੰ ਚੈਕਿੰਗਾਂ ਕਰਨੀਆਂ ਚਾਹੀਦੀਆਂ ਨੇ, ਦੇਖਣੇ ਚਾਹੀਦੇ ਨੇ, ਜਿਹਦੇ ਨਾਲ ਕਿ ਸਾਡੇ ਨੌਜਵਾਨ ਪੀੜ੍ਹੀ ਪਹਿਲੀ ਨਸ਼ਾ ਬਥੇਰਾ ਉਹ ਤੋਂ ਬਚਿਆ ਜਾਵੇ ਜੀ। ਅਤੇ ਸਰ ਜਿਵੇਂ ਵਿਜੀਲੈਂਸ ਕੋਰ ਜੀ, ਹਜ਼ਾਰਾਂ ਕੇਸ ਅਫਸਰਸ਼ਾਹੀ ਦੇ ਰਿਸ਼ਵਤ ਖੋੜੀ ਦੇ ਫੜੇ ਜਾਂਦੇ ਨੇ ਜੀ, ਰਿਸ਼ਵਤ ਦਿੰਦੇ, ਗਵਾਹੀ ਵੀ ਦਿੱਤੀ ਜਾਂਦੀ ਹੈ ਅਤੇ ਪੈਸਾ ਬਰਾਮਦ ਵੀ ਹੁੰਦਾ ਜੀ। ਜਦੋਂ ਕੁਛ ਸਮਾਂ ਪਾ ਕੇ ਉਹੀ ਬੰਦੇ ਅਫਸਰ ਨੂੰ ਬਹਾਲ ਕੀਤਾ ਜਾਂਦਾ ਜੀ, ਅਤੇ ਸਰਕਾਰਾਂ ਫਿਰ ਜਿਹੜੇ ਨਸ਼ੇ ਜਾਂ ਅਫਸਰਸ਼ਾਹੀ ਰਿਸ਼ਵਤ ਲੈਂਦੀ ਹੈ ਜੀ, ਤਾਂ ਵਰਕ ਕਿਹਦੇ ਕੋਲ ਜਾਵੇ ਇਨਸਾਫ ਲੈਣ ਵਾਸਤੇ ਜੀ? ਦੇਖੋ ਜੀ, ਹੁਣ ਇਹਦੇ ਬਾਰੇ ਦੇਖੋ, ਸਰਕਾਰਾਂ ਨੂੰ ਹੀ ਸਖਤਾਈ ਕਰਨੀ ਚਾਹੀਦੀ ਆ ਵੀ ਜਿਹੜਾ ਬੰਦਾ ਗੁਨਾਹਗਾਰ ਆ, ਚਾਹੇ ਕੋਈ ਉਹ ਪੋਲੀਟਿਕਸ ਵਾਲਾ, ਚਾਹੇ ਕੋਈ 2 ਨੰਬਰ ਦਾ ਧੰਦਾ ਕਰਦਾ, ਚਾਹੇ ਕੋਈ ਅਫਸਰ ਸਹੀ ਆ,
ਸਰਕਾਰਾਂ ਨੂੰ ਚਾਹੀਦਾ ਉਹਦੇ ਖਿਲਾਫ ਐਕਸ਼ਨ ਲਿੱਤਾ ਜਾਵੇ ਪਰੂਫਾਂ ਦੇ ਨਾਲ। ਇਹ ਨਾ ਹੋਵੇ ਵੀ ਮੇਰੀ ਕਿਸੇ ਨਾਲ ਰੰਜਿਸ਼ ਆ, ਕੋਈ ਚੱਕ ਕੇ ਬੰਦਾ ਉਹ ਜਿਹਾ ਨੂੰ ਅੰਦਰ ਦੇ ਦਿੰਦਾ, ਉਹ ਫਿਰ ਜਿੱਤੀਏ ਦਿਨ ਜਮਾਨਤਾਂ ਹੋ ਜਾਂਦੇ ਨੇ ਜਦੋਂ ਖਿਲਾਫ ਕੋਈ ਪਰੂਫ ਹੀ ਨਹੀਂ ਕਰ ਸਕਦੇ। ਅਤੇ ਤੁਹਾਨੂੰ ਪਤਾ ਹੀ ਆ ਇਹ ਧਰਮਪਾਲ ਜੀ ਇਹ ਬੜਿਆਂ ਕੰਮਾਂ ਦੇ ਬੜੇ ਲੋਕਾਂ ਦੇ ਬੜੇ ਕਮਰੇ ਦੇ ਵਿੱਚ, ਆਪਣਾ ਐਡਾ ਕੱਦ ਨਹੀਂ ਹੈਗਾ ਵੀ ਆਪਾਂ ਇੱਥੇ ਤੱਕ ਕਹਿ ਸਕਦੇ ਹਾਂ, ਇੱਥੇ ਹੀ ਕਹਿ ਸਕਦੇ ਹਾਂ ਵੀ ਜਿਹਦੇ ਖਿਲਾਫ ਕੋਈ ਐਕਸ਼ਨ ਲੈਂਦੇ ਹੋ ਤਾਂ ਉਹਨੂੰ ਸਜ਼ਾ ਜ਼ਰੂਰ ਦਵਾਓ। ਕਸੂਰ ਬਾਹਰ ਨੂੰ ਹੀ ਲਾਓ ਤੁਸੀਂ, ਜਿਹਦੇ ਪਰਚੇ ਦਿੰਦੇ ਹੋ ਬੇਕਸੂਰ।